ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਜੀ ਆਣੂ ਜੀ ਲੈ ਕੇ ਹਾਜ਼ਰ ਹੋਇਆ ਜੀ ਪੰਜਾਬ ਸੂਬੇ ਦੇ ਮੌਸਮ ਦੀ ਤਾਜ਼ਾ ਤਰੀਕ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟਿਆਂ ਦੇ ਮੌਸਮ ਬਾਰੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਅੰਤ ਤੱਕ ਤੇ ਜਿਨ੍ਹਾਂ ਵੀਰਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਡੇਲੀ ਮੌਸਮ ਅਪਡੇਟ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਸੋ ਅੱਜ 8 ਅਗਸਤ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਦੇ ਨਾਲ-ਨਾਲ ਹਲਕੇ ਮੀਂਹ ਦੇ ਆਸਾਰ ਬਣ ਰਹੇ ਹਨ ਜੇ ਗੱਲ ਕਰੀਏ ਜ਼ਿਲ੍ਹਾਵਰ ਮੌਸਮ ਦੀ ਤਾਂ ਫਾਜ਼ਿਲਕਾ ਪਟਿਆਲਾ ਸ਼੍ਰੀ ਫਤਿਹਗੜ ਸਾਹਿਬ ਸੰਗਰੂਰ ਮਾਨਸਾ ਸੋ ਜਿਹੜੇ ਇਨ ਇਹ ਇਲਾਕੇ ਹੋਣਗੇ ਤੇ ਇਹਨਾਂ ਦੇ ਆਸ-ਪਾਸ ਦੇ ਇਲਾਕੇ ਹੋਣਗੇ ਇਹਨਾਂ ਦੇ ਵਿੱਚ ਬੱਦਲਵਾਈ ਹੈ ਜਿਹੜੀ ਬਣੀ ਰਹੇਗੀ ਇਹਨਾਂ ਖੇਤਰਾਂ ਵਿੱਚ ਮੀਂਹ ਦੀਆਂ ਹਲਕੀਆਂ ਬੁਸ਼ਾਰਾਂ ਪੈ ਸਕਦੀਆਂ ਹਨ ਪਰ ਕੋਈ ਵੱਡੀ ਕਾਰਵਾਈ ਦੀ ਉਮੀਦ ਨਹੀਂ ਹੈ ਇੱਕ ਦੋ ਥਾਂਾਂ ਤੇ ਜ਼ਰੂਰ ਹੋ ਸਕਦਾ ਹੈ ਕਿ ਤੇਜ਼ਮੀ ਦੇਖਣ ਨੂੰ ਮਿਲੇ ਜੇ ਅੱਗੇ ਗੱਲ ਕਰੀਏ ਮੋਗਾ ਫਰੀਦਕੋਟ ਬਠਿੰਡਾ ਮਾਨਸਾ ਇਹਨਾਂ ਤੇ ਇਹਨਾਂ ਦੇ ਨਾਂ ਲੱਗਦੇ ਭਾਗਾਂ ਵਿੱਚ ਸ਼ਰਾਟੇਦਾਰਮੀ ਦੇਖਣ ਨੂੰ ਮਿਲ ਸਕਦਾ ਹੈ ਸੋ ਜੇ ਆਪਾਂ ਅੱਗੇ ਗੱਲ ਕਰੀਏ ਹਿਮਾਚਲ ਦੇ ਨਾਂ ਲੱਗਦੇ ਇਲਾਕੇ ਹੋਗੇ ਜਿਵੇਂ ਹੁਸ਼ਿਆਰਪੁਰ ਹੋ ਗਿਆ ਰੋਪੜ ਐਸਐਸ ਨਗਰ ਐਸਬੀਐਸ ਨਗਰ ਮੋਹਾਲੀ ਚੰਡੀਗੜ੍ਹ ਸੋ ਇਨਾਂ ਖੇਤਰਾਂ ਦੇ ਵਿੱਚ ਵੀ ਜਿਹੜਾ ਮੱਧਮ ਕਾਰਵਾਈਆਂ ਦੇਖੇ ਜਾਣ ਦੀ ਉਮੀਦ ਹੈ ਸੋ ਜੇ ਓਵਰਾਲ ਮੌਸਮ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਲਗਭਗ ਅੱਜ ਸ਼ਰਾਟੇਦਾਰ ਮੀਂਹ ਕਈ ਭਾਗਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਬੱਦਲਬਾਈ ਜਿਹੜੀ ਪੂਰੇ ਪੰਜਾਬ ਭਾਰ ਵਿੱਚ ਬਣੀ ਰਹੇਗੀ। ਸੋ ਜੇ ਹਵਾ ਦੇ ਵਹਾਅ ਦੀ ਗੱਲ ਕਰੀਏ ਤਾਂ ਉੱਤਰ ਪੂਰਬੀ ਦਿਸ਼ਾ ਤੋਂ ਰਹੇਗਾ ਜਿਸ ਦੀ ਰਫ਼ਤਾਰ ਆ 15 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਦੇ ਨਾਲ ਰਹੇਗੀ। ਮੌਸਮਾ ਟੈਂਪਰੇਚਰ ਆ ਜਿਹੜਾ ਅੱਜ ਤਾਪਮਾਨ 26 ਡਿਗਰੀ ਘੱਟੋ-ਘੱਟ ਤੇ ਵੱਧ ਤੋਂ ਵੱਧ 33 ਡਿਗਰੀ ਰਹਿਣ ਵਾਲਾ ਹੈ। ਤੁਹ ਰਾਤ ਦੇ ਵੇਲੇ ਜਿਹੜਾ ਮੌਸਮ ਹਲਕੀ ਬੱਦਲਵਾਈ ਵਾਲਾ ਜਰੂਰ ਰਹਿ ਸਕਦਾ ਹੈ ਤਾਂ ਦੋਸਤੋ ਇਹ ਸੀ ਆਉਣ ਵਾਲੇ 24 ਘੰਟਿਆਂ ਦੇ ਮੌਸਮ ਅਪਡੇਟ ਜੇਕਰ ਕੋਈ ਮੌਸਮ ਵਿਭਾਗ ਵੱਲੋਂ ਨਵੀਂ ਅਪਡੇਟ ਸਾਡੇ ਕੋਲ ਆਉਂਦੀ ਹੈ ਤਾਂ ਅਸੀਂ ਵੀਡੀਓ ਪਾ ਕੇ ਸਾਂਝੀ ਕਰ ਦੇਵਾਂਗੇ